ਕਰਨੀ ਆ ਬਟ ਇਸ ਸਾਲ ਜਿਹੜਾ ਅਸੀਂ ਲੱਕੀ ਕਰਨੀ ਆ ਬਹੁਤ ਜ਼ਿਆਦਾ ਦੇ ਵਿੱਚ ਮੈਨੂੰ ਬਹੁਤ ਪਸੰਦ ਹੈ ਬਹੁਤ ਵਧੀਆ ਲੱਗਦਾ ਸੋ ਜਿਹੜਾ ਸ਼ੋਅਜ਼ ਦੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਫੈਨਸ ਜਿਨ੍ਹਾਂ ਕਰਕੇ ਮੈਂ ਅੱਜ ਇੱਥੇ ਖੜੀ ਹਾਂ ਅਤੇ ਬਹੁਤ ਅੰਦਰ ਤੱਕ ਜਾਂਦੇ ਹੋ ਅਤੇ ਉਹ ਤੁਹਾਨੂੰ ਬਹੁਤ ਲਾਈਕ ਕਰਦੇ ਨੇ ਤੁਸੀਂ ਉਹਨਾਂ ਦੀ ਇੰਸਪੀਰੇਸ਼ਨ ਬਣਦੇ ਹੋ ਅਤੇ ਕਈ ਬਹੁਤ ਮਿਹਨਤ ਕਰਕੇ ਅਵਾਰਡਸ ਤੱਕ ਪਹੁੰਚਦੇ ਹੋ ਅਤੇ ਤੁਹਾਨੂੰ ਕੀ ਲੱਗਦਾ ਆਰਟਿਸਟ ਦੇ ਲਈ ਅਵਾਰਡਸ ਕਿੰਨੇ ਇੰਪੋਰਟੈਂਟ ਹੁੰਦੇ ਆ? ਦੇਖੋ ਮੇਰੇ ਲਈ ਸਭ ਤੋਂ ਪਹਿਲਾਂ ਮਿਹਨਤ ਜ਼ਰੂਰੀ ਹੈ। ਤੁਸੀਂ ਦਿਲ ਲਾ ਕੇ ਜਿਹੜਾ ਵੀ ਕੰਮ ਕਰਨਾ ਹੈ ਦਿਲ ਲਾ ਕੇ ਕਰਨਾ ਚਾਹੀਦਾ ਹੈ, ਮਿਹਨਤ ਪੂਰੀ ਕਰਨੀ ਚਾਹੀਦੀ ਹੈ। ਅਵਾਰਡਸ ਤਾਂ ਮੇਰੇ ਖਿਆਲ ਚ ਮਿਹਨਤ ਨਾਲੋਂ ਜ਼ਿਆਦਾ ਵੱਡੀ ਗੱਲ ਨਹੀਂ ਹੈ, ਬਟ ਅਗਰ ਤੁਹਾਡੇ ਵਿੱਚ ਗੁਣ ਆ, ਤੁਹਾਡੇ ਚ ਮਿਹਨਤ ਆ, ਤੁਸੀਂ ਦਿਲੋਂ ਮਿਹਨਤ ਕਰ ਰਹੇ ਹਾਂ ਤਾਂ ਅਵਾਰਡ। ਮੇਰੀ ਸਾਰੀ ਟੀਮ ਜਿਨ੍ਹਾਂ ਨੇ ਬਹੁਤ ਸਪੋਰਟ ਕੀਤਾ ਮੈਨੂੰ ਹਮੇਸ਼ਾ ਹੀ, ਸਪੀਡ ਰੈਕਟਸ ਦੀ ਸਾਰੀ ਟੀਮ ਥੈਂਕ ਯੂ, ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਜੁੱਤੀ ਪਟਿਆਲੇ ਦੀ ਅਵਾਰਡਸ ਹਾਸਲ ਕਰਨੀ ਕੋਈ ਵੱਡੀ ਗੱਲ ਨਹੀਂ ਹੈ, ਵਾਹਿਗੁਰੂ ਜੀ ਦੀ ਮਿਹਰ ਫਿਰ ਸਭ ਤੇ ਹੁੰਦੀ ਹੈ ਜੋ ਕਿ ਦਿਲੋਂ ਮਿਹਨਤ ਕਰ। ਤੁਸੀਂ ਦੋ ਕੁ ਲਾਈਨਾਂ ਸੁਣਾ ਸਕਦੇ ਹੋ ਸਾਡੇ ਵਿਊਜ਼? ਹਾਂਜੀ ਜ਼ਰੂਰ। ਕਰਕੇ ਬੰਦ ਬਾਰੀਆਂ, ਅੱਖਾਂ ਵਿੱਚ ਪਾਊਡਰ ਗੰਦਾ, ਲੋਡੜ ਦੋ ਨਾਲੀਆਂ, ਜੁੱਤੀ ਪਟਿਆਲੇ ਦੀਆਂ, ਫੜਕਣ ਨਾ ਦੇ ਵੇਚੜੀਆਂ, ਬੁੱਲੀਆਂ ਦਾ ਸੁਲਫੀ ਹਾਸਾ, ਲੋਰਾਂ ਚੋਂ ਪੰਗਦੀਆਂ ਚੜੀਆਂ, ਨਜ਼ਰਾਂ ਤੋਂ ਡਰਦੀ ਰੱਖਾਂ, ਜੁੱਤੀ ਪਟਿਆਲੇ ਦੀਆਂ। ਥੈਂਕ ਯੂ ਸੋ ਮਚ। ਇੰਨੀ ਸੋਹਣੀ ਤੇ ਸੁਨੱਖੀ ਤੇਰੀ, ਨਾਰਿਆ ਵੇ ਭਾਗਾ ਵਾਲਾ ਤੂੰ ਮੁੰਡਿਆ, ਸੋਹਣੀ ਤੇ ਸੁਨੱਖੀ ਤੇਰੀ, ਆਵਾਜ਼ ਇਤਨੀ ਅੱਛੀ ਨਹੀਂ ਹੈ ਯਾਰ, ਓਰੀਜਨਲ ਨਾ ਹਮੇ ਯਹਾਂ ਪਰ ਵੋਕਲਿਸ ਹੋ ਗਏ ਯਾਰ, ਇਸ ਕੌਰ ਵੀ ਬਹੁਤ ਪਰੰਦਾ। ਥੈਂਕ ਯੂ ਸੋ ਮਚ। ਸੋ ਇੱਕ ਲਾਈਨ ਹੋ ਜਾਏ, ਅਬ ਆਪਕੀ ਫੇਵਰੇਟ ਗਾਣੀ ਕੀ? ਕੋਈ ਵੀ। ਜੁੱਤੀ ਪਟਿਆਲੇ ਦੀਆ, ਲਾਹੌਰ ਦੀਆ ਵਾਲੀਆ, ਅੱਖਾਂ ਵਿੱਚ ਪਾਊਡਰ ਗੰਦਾ, ਲੋਡੇ ਗੋਲਾ, ਸਹੀ ਮੈਂ ਇਤਨੀ ਅੱਛੀ ਆਵਾਜ਼ ਹੋ ਜਿਸਕੀ ਓਬਵੀਅਸਲੀ ਅਗਲਾ ਤੋਂ ਭਾਗਾ ਵਾਲਾ ਹੋਏਗਾ ਯਾਰ। ਔਰ ਦੇਖੋ ਕਿਆ